ਸਾਡੇ ਨਾਲ ਤੀਰਥ ਜੀ ਮੌਜੂਦ ਨੇ, ਤੀਰਥ ਸਿੰਘ ਪਨੈਕਲ, ਮੰਨੇ ਪ੍ਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ, ਟੂਰਿਸਟ ਵੀਜ਼ਾ, ਡਿਪੈਂਡੈਂਟ ਵੀਜ਼ਾ, ਸਪਾਊਸ ਵੀਜ਼ਾ, ਸਾਰਿਆਂ ਦੇ ਵਿੱਚ ਵਿਦਿਆਰਥੀਆਂ ਨੂੰ ਗਾਈਡ ਕਰਦੇ ਨੇ। ਤੀਰਥ ਜੀ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਸਰ, ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਅੱਜ ਇਸ ਪ੍ਰੋਗਰਾਮ ਨਾਲ ਚਾਹੁੰਦਾ ਕਿ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਲੁੱਟ ਤੋਂ ਬਚਾ ਲਓ। ਲੁੱਟੇ ਜਾ ਰਹੇ ਨੇ ਸਾਡੇ ਪੰਜਾਬੀ, ਕਿੱਦਾਂ? ਟੂਰਿਸਟ ਵੀਜ਼ਾ, ਡਿਪੈਂਡੈਂਟ ਵੀਜ਼ਾ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਘੁੰਮਣ ਫਿਰਨ ਲਈ ਜਾਣ ਵਾਲਾ ਵੀਜ਼ਾ, ਤੀਰਥ ਜੀ ਇਸ ਵੀਜ਼ੇ ਨੂੰ ਕੈਨੇਡਾ ਗੱਫਿਆਂ ਦੀ ਤਰ੍ਹਾਂ ਵੰਡ ਰਿਹਾ। ਤੁਹਾਡੀ ਫਾਈਲ ਸਹੀ ਲੱਗੀ ਹੋਣੀ ਚਾਹੀਦੀ, ਪਰ ਲੋਕ ਪੇ ਆਫਟਰ ਵੀਜ਼ਾ, ਰੀਚ ਅਤੇ ਵੀਜ਼ਾ ਲੱਖਾਂ ਰੁਪਏ ਲਟਾ ਰਹੇ ਨੇ। ਮੈਨੂੰ ਲੱਗਦਾ ਬਹੁਤ ਘੱਟ ਖਰਚੇ ਵਾਲਾ ਇਹ ਵੀਜ਼ਾ ਅਤੇ ਲੋਕ ਲੱਖਾਂ ਰੁਪਏ ਲਟਾ ਰਹੇ ਨੇ, ਇਸ ਤਰ੍ਹਾਂ ਦੀਆਂ ਖਬਰਾਂ ਨੇ। ਹੁਣ ਇਹਦੇ 'ਤੇ ਮੈਂ ਚਾਹੂੰਗਾ ਅੱਜ ਕਲੈਰਿਟੀ ਦਿਓ, ਲੱਖਾਂ ਰੁਪਏ ਲੋਕ ਨਾ ਲਾਉਣ, ਕਿੰਨੇ ਕੁ ਪੈਸੇ ਘੱਟੋ ਘੱਟ ਲੋਕ ਟੂਰਿਸਟ ਵੀਜ਼ੇ 'ਤੇ ਖਰਚਣ, ਕਿਉਂਕਿ ਬੜੇ ਤੇਜ਼ ਵੀਜ਼ੇ ਕੈਨੇਡਾ ਦੇ ਰਿਹਾ। ਭਾਵੇਂ ਵਿਦਿਆਰਥੀ ਦੇ ਮਾਪਿਆਂ ਨੇ ਜਾਣਾ, ਰਿਸ਼ਤੇਦਾਰਾਂ ਨੇ ਜਾਣਾ, ਜਾਂ ਭੈਣ ਭਰਾਵਾਂ ਨੇ ਜਾਣਾ, ਅਤੇ ਜਾਂ ਕਿਸੇ ਨੇ ਉਂਝ ਘੁੰਮਣ ਫਿਰਨ ਜਾਣਾ। ਅਤੇ ਬਿਲਕੁਲ ਸਰ, ਇਹ ਬਹੁਤ ਇੰਪੋਰਟੈਂਟ ਟੋਪਿਕ ਆ, ਅਤੇ ਮੈਂ ਸਾਰਿਆਂ ਨੂੰ, ਦਰਸ਼ਕਾਂ ਨੂੰ ਕਹੂੰਗਾ ਕਿ ਜ਼ਰੂਰ ਇਸ ਵੀਡੀਓ ਨੂੰ ਦਬਾ ਕੇ ਸ਼ੇਅਰ ਕਰੋ। ਹੋ ਸਕਦਾ ਤੁਹਾਡਾ ਇੱਕ ਸ਼ੇਅਰ ਕੀਤਾ ਹੋਇਆ ਕਿਸੇ ਬੱਚੇ ਦਾ, ਕਿਸੇ ਪਰਿਵਾਰ ਦਾ ਲੱਖਾਂ ਰੁਪਇਆ ਬਚਾ ਜਾਏ, ਉਹਦੀ ਜ਼ਿੰਦਗੀ ਬਦਲ ਜਾਊਗੀ। ਕਿਉਂਕਿ ਇਹ ਹੁਣ ਉਹ ਸਮਾਂ ਨਹੀਂ ਰਹਿ ਗਿਆ ਕਿ ਜਦੋਂ ਕਿ ਨਾ ਵੀਜ਼ਾ ਇੱਕ ਬਹੁਤ ਜ਼ਿਆਦਾ ਕਿ ਵੱਡੀ ਜਿਹੜੀ ਇਸ਼ੂ ਰਹਿ ਗਿਆ ਕਿ ਆਪਾਂ ਰੀਚਾਂ ਵਿੱਚ ਜਾਈ ਕਿ ਬੜਾ ਪਹੁੰਚਾ ਦੇ, ਜਿੰਨੇ ਮਰਜ਼ੀ ਮੈਂ ਤੋਂ ਉੱਥੇ ਪੈਸੇ ਲੈ ਲਈ ਪਹੁੰਚਾ ਕੇ। ਸੋ ਮੈਂ ਸਿੱਧਾ ਹੀ ਕਹੂੰਗਾ, ਬਚ ਲਓ ਜਿੰਨਾ ਬਚ ਸਕਦੇ, ਬਾਕੀ ਤੁਹਾਡੀ ਜਿਹੜੀ ਕਿ ਮਰਜ਼ੀ ਹੈਗੀ ਆ। ਐਡਾਂ ਅੱਜ ਦੀ ਡੇਟ 'ਚ ਵੀ ਬੜੀਆਂ ਧੜੱਲੇ ਨਾਲ ਵੱਧ ਤੋਂ ਵੱਧ ਜਿਹੜੀਆਂ ਕਿ ਮਾਰਕੀਟ ਦੇ ਵਿੱਚ ਚੱਲ ਰਹੀਆਂ ਕਿ ਸਾਰਾ ਖਰਚਾ ਸਾਡਾ, ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ। ਸੋ ਅੱਜ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਵੀ ਕਹਿ ਦੇਵਾਂ, ਸਾਡੀ ਐਡ ਵੀ ਜਿਹੜੀ ਕਿ ਚੱਲ ਰਹੀ ਆ, ਤੁਸੀਂ ਦੇਖੀ ਹੋਊਗੀ ਫੇਸਬੁੱਕ, ਇੰਸਟਾਗ੍ਰਾਮ 'ਤੇ, ਜਿੱਥੇ ਅਸੀਂ ਬਿਲਕੁਲ ਕਹਿ ਰਹੇ ਹਾਂ ਕੋਈ ਵੀ ਪੈਸਾ ਤੁਹਾਡੇ ਕੋਲ ਨਹੀਂ ਲਵਾਂਗੇ। ਇਸ ਵੱਡੇ ਮੰਚ 'ਤੇ ਵੀ ਕਹਿ ਰਹੇ ਹਾਂ, ਕਿਉਂ ਕਹਿ ਰਹੇ ਹਾਂ ਕਿ ਬੱਚਿਆਂ ਦਾ ਜਿਹੜਾ ਇੱਕ ਡਰ ਜਿਹੜਾ ਹੁੰਦਾ ਨਾ ਉਹ ਦੂਰ ਹੋਵੇ। ਯੈਸ, ਆਫਟਰ ਵੀਜ਼ਾ ਫੀਸ ਵੀ ਜਿਹੜੀ ਕਿ ਸਾਡੀ ਬਹੁਤ ਲਿਮਿਟਡ ਹੀ ਹੈ, ਕੰਪੀਟੀਟਿਵ ਆ, ਸੋ ਬਿਲਕੁਲ ਵੀ ਤੁਹਾਨੂੰ ਦੂਗੇ ਨਹੀਂ, ਟਿਕਟ ਤੋਂ ਸਸਤੀ ਜਿਹੜੀ ਕਿ ਸਾਡੀ ਫੀਸ ਆ। ਸੋ ਜ਼ਰੂਰ ਤੁਸੀਂ ਆਪਣੀ ਕਿਸਮਤ ਅਜਮਾ ਸਕਦੇ ਹੋ। ਸੋ ਵਿਜ਼ਟਰ ਵੀਜ਼ਾ, ਟੂਰਿਸਟ ਵੀਜ਼ਾ ਤੁਸੀਂ ਮੇਰੇ ਕੋਲੋਂ, ਮੇਰੇ ਵੱਲੋਂ ਬਹੁਤ ਵਾਰੀ ਸੁਣਿਆ ਹੋਊਗਾ, ਕਿਸਮਤ ਅਜਵਾਓ, ਮੈਂ ਅਜਮਾਓ ਵੀਜ਼ਾ ਕਹਿੰਦਾ ਇਸ ਚੀਜ਼ ਨੂੰ। ਸੋ ਕਿਸਮਤ ਅਜਮਾਉਣ ਦੇ ਇੰਨੀ ਕੁ ਕੀਮਤ ਨਾਲ ਆਪਾਂ ਦੇ ਦਈਏ ਕਿ ਜਿਹੜੇ ਕਿ 15-20-25-30 ਆਪਾਂ ਲੱਖ ਦੇਈ ਜਾਂਦੇ ਹਾਂ। ਸੋ ਕੈਨੇਡਾ ਜਾ ਕੇ ਇੰਨਾ ਕਰਜ਼ਾ ਨਹੀਂ ਉਤਰਨਾ, ਸਿਰਫ ਘੁੰਮਣ ਵਾਲਾ ਵੀਜ਼ਾ। ਸੋ ਇਹ ਚੀਜ਼ਾਂ ਮੈਂ ਤੁਹਾਨੂੰ ਤਾਂ ਕਹਿ ਰਿਹਾ, ਮੈਂ ਇੱਕ ਦੁਬਾਰਾ ਕਹਿ ਦੇਵਾਂ, ਅਸੀਂ ਵੀ ਦੁਕਾਨਦਾਰ ਹਾਂ, ਜਿਹੜੀ ਅਸੀਂ ਬਿਫੋਰ ਵੀਜ਼ਾ ਫੀਸ ਨਹੀਂ ਲੈ ਰਹੇ। ਕਿਉਂ ਨਹੀਂ ਲੈ ਰਹੇ? ਸਿਰਫ ਇੱਕੋ ਗੱਲ ਹੈਗਾ, ਇੱਕ ਤਾਂ ਹਾਂ ਵੀ ਜਿਹੜੀ ਕੀ ਆ ਤੁਹਾਡੇ ਕੋਲ ਉਹ ਪੈਸਾ ਘਰ ਲੈ ਕੇ ਜਾਵਾਂ ਜਿਹੜਾ ਕਿ ਤੁਸੀਂ ਖੁਸ਼ੀ ਨਾਲ ਮੈਨੂੰ ਦਿਓ। ਕਿਉਂਕਿ ਜਦੋਂ ਵੀਜ਼ਾ ਨਹੀਂ ਲੱਗਦਾ ਨਾ, ਉਸ ਵੇਲੇ ਦਾ 1 ਰੁਪਈਆ ਦਿੱਤਾ ਵੀ ਕਿਸੇ ਨੂੰ ਨਾ ਬੜਾ ਦੁੱਖਦਾ ਕਿ ਆਹ ਕੀ ਹੋ ਗਿਆ ਯਾਰ, ਮੇਰੇ ਪੈਸੇ ਖਰਾਬ ਹੋ ਗਏ, ਵੀਜ਼ਾ ਨਹੀਂ ਲੱਗਾ। ਕਿਉਂਕਿ ਜਦੋਂ ਵੀਜ਼ਾ ਨਹੀਂ ਲੱਗਦਾ ਉਦੋਂ 3600 ਸਵਾਲ ਸਾਹਮਣੇ ਆਉਂਦੇ ਕਿ ਉਹਨੇ ਆਹ ਕਰਤਾ, ਉਹਨੇ ਇਹ ਕਰਤਾ। ਪਰ ਜਦੋਂ ਵੀਜ਼ਾ ਲੱਗ ਜਾਂਦਾ, ਅੱਜ ਤੱਕ ਨਹੀਂ ਕਦੀ ਕਿਸੇ ਏਜੰਟ ਨੂੰ ਪੁੱਛਿਆ ਹੋਣਾ ਆਪਾਂ ਕਿ ਹਾਂਜੀ ਕਿਹੜੀਆਂ ਫਾਈਲ ਪੇਪਰ ਮੇਰੇ ਤੁਸੀਂ ਲਾਏ ਸੀ ਮੇਰੀ ਫਾਈਲ 'ਤੇ ਜਿਹੜਾ ਮੇਰਾ ਵੀਜ਼ਾ ਆ ਗਿਆ। ਸੋ ਵਿਜ਼ਟਰ ਵੀਜ਼ਾ, ਟੂਰਿਸਟ ਵੀਜ਼ਾ ਸਮਝਣ ਦੀ ਗੱਲ ਆ। ਪਹਿਲੀ ਗੱਲ ਤਾਂ ਸਾਰੇ ਨਹੀਂ ਆਉਣੇ, ਪਰ ਇਸ ਵੇਲੇ ਜਿਹੜਾ ਟ੍ਰੈਂਡ ਚੱਲ ਰਿਹਾ ਨਾ, ਬਹੁਤ ਜ਼ਿਆਦਾ ਵਧੀਆ ਚੱਲ, ਵਧੀਆ ਨਾ ਮਤਲਬ ਇਹ ਨਹੀਂ 100%, ਆਲਮੋਸਟ ਜੇ ਮੈਨੂੰ ਤੁਸੀਂ ਇਹਦੀ ਪਲੈਨਿੰਗ ਹੋ ਨਾ, 60-70% ਵੀ ਜਿਹੜਾ ਕਿ ਵਿਜ਼ਟਰ ਵੀਜ਼ਾ ਅੱਜ ਦੀ ਡੇਟ 'ਚ ਅਪਰੂਵ ਹੈ, ਜੋ ਕਿ ਅੱਜ ਤੱਕ ਮੈਂ ਤਾਂ ਆਪਣੇ ਕਰੀਅਰ ਦੇ ਵਿੱਚ ਨਹੀਂ ਦੇਖਿਆ। ਸੋ ਇਹ ਉਹ ਸਮਾਂ ਵਾ, ਮੈਨੂੰ ਤਾਂ ਇੱਦਾਂ ਲੱਗਦਾ ਕਿ ਹਰ ਕਿਸੇ ਨੂੰ ਆਪਣੀ ਕਿਸਮਤ ਅਜਮਾ ਲੈਣੀ ਚਾਹੀਦੀ ਆ। ਸੋ ਡਰੋ ਨਾ, ਕਈ ਵਾਰੀ ਲੱਗਦਾ ਕਿ ਮੇਰੀ ਫਾਈਲ 'ਤੇ ਰਿਫਿਊਜ਼ਲ ਲੱਗ ਗਏ, ਪਤਾ ਨਹੀਂ ਸ਼ਾਇਦ ਮੇਰੀ ਫਾਈਲ ਖਰਾਬ ਹੋ ਜਾਊ, ਕੁਛ ਨਹੀਂ ਹੁੰਦਾ। ਕੈਨੇਡਾ ਉਹ ਕੰਟਰੀ ਹੈ ਜਿਹੜੀ ਕਿ ਸੇਮ ਰਿਫਿਊਜ਼ਲ ਰੀਜ਼ਨ ਸਾਰਿਆਂ ਨੂੰ ਦਿੰਦਾ, ਨਾਮ ਅਤੇ ਐਡਰੈਸ 'ਤੇ ਜਿਹੜਾ ਕਿ ਉੱਪਰ ਸਿਰਫ ਚੇਂਜ ਹੁੰਦਾ, ਚਾਹੇ ਜਿੰਨੀਆਂ ਮਰਜ਼ੀ ਤੁਸੀਂ ਮੈਨੂੰ ਕੋਲ ਦਿਖਾਓ ਅਤੇ ਤੁਸੀਂ ਆਪ ਦੇਖ ਲਿਓ ਆਲੇ ਦੁਆਲੇ। ਸੋ 100 ਮੈਂ ਤਾਂ ਕਹੂੰਗਾ ਕਿ 100% ਗਰੰਟੀ ਕਦੇ ਨਹੀਂ ਹੁੰਦੀ। ਜੇ 100% ਗਰੰਟੀ ਹੋਵੇ ਨਾ, ਜਿਹੜੀਆਂ ਮੈਡਮਸ, ਜਿਹੜੀਆਂ ਵੀ ਮੈਡਮ ਜਾਂ ਸਰ ਕਿਤੇ ਵੀ ਆਫਿਸ 'ਚ ਬੈਠੇ ਆ, ਜਿਹੜੇ ਥੋੜ੍ਹੀ ਥੋੜ੍ਹੀ ਤਨਖਾਹ ਲੈਂਦੇ ਆ, ਉਹ ਆਪ ਕਿਉਂ ਨਹੀਂ ਕੈਨੇਡਾ ਜਾਂਦੇ ਜੇ 100% ਵੀਜ਼ਾ ਦੀ ਉਹਦੇ ਹੱਥ ਹੈਗਾ ਵਾ। ਸੋ ਜੋ ਮਰਜ਼ੀ ਆ, ਕੈਨੇਡਾ ਇੰਡੀਆ ਨਾਲੋਂ ਤਾਂ ਬੈਟਰ ਹੀ ਉਹਨੂੰ ਵੇਜਸ ਦੋਗੇ ਨਾ। ਸੋ 100% ਗਰੰਟੀ ਤੋਂ ਜ਼ਰੂਰ ਬਚਣਾ। ਸੋ ਅੱਜ ਕੀ ਮੈਂ ਤੁਹਾਨੂੰ ਕਹਿ ਰਿਹਾ, 100% ਗਰੰਟੀ ਦੀ ਪਿਨੈਕਲ ਤੁਹਾਨੂੰ ਵੀਜ਼ਾ ਦੀ ਗਰੰਟੀ ਨਹੀਂ ਮਿਲੂਗੀ।
ਹਾਂ ਮਿਲੂਗੀ ਇੱਕੋ ਚੀਜ਼ ਦੀ ਗਰੰਟੀ, ਹਾਂ ਜਿੰਨੇ ਐਫਰਟ ਨਾਲ ਅਸੀਂ ਫਾਈਲ ਲਾਉਂਗੇ ਉਹਦਾ ਕੋਈ ਕੰਪੀਟੀਸ਼ਨ ਨਹੀਂ ਹੋਊਗਾ। ਸੋ ਸਾਨੂੰ ਵੀ ਐਂਡ ਆਫ ਦ ਡੇ ਪੈਸੇ ਚਾਹੀਦੇ ਆ, ਤਾਂ ਹੀ ਆਊਗਾ ਜੇ ਤੁਹਾਡੇ ਵੀਜ਼ਾ ਆਊਗਾ। ਸੋ ਉਹ ਸਿਰਫ ਤਾਂ ਹੀ ਆਊਗਾ ਜੇ ਤੁਹਾਡੀ ਪ੍ਰੋਫਾਈਲ ਸਹੀ ਤਰੀਕੇ ਨਾਲ ਪ੍ਰੈਜੈਂਟ ਹੋਗੀ। ਆਹ 100% ਵੀਜ਼ਾ ਜੋ ਤੁਹਾਨੂੰ ਸਾਹਮਣੇ ਵਾਲਾ ਬੰਦਾ ਕੋਈ ਵੀ ਕਹਿੰਦਾ, ਸੋ ਪਲੀਜ਼ ਉੱਠ ਕੇ ਚੱਲ ਜਾਓ ਆਹ ਰੀਚ ਦੇ ਚੱਕਰ ਦੇ ਵਿੱਚ, ਕਿਉਂਕਿ ਇਹ ਚੀਜ਼ਾਂ ਮੈਂ ਤੁਹਾਨੂੰ ਤਾਂ ਕਹਿ ਰਿਹਾ, ਮੇਰੇ ਕੋਲ ਬੰਦੇ ਆਉਂਦੇ ਆ ਉਹਨਾਂ ਦੇ ਆਪਣੇ ਵੀਜ਼ੇ ਲੱਗੇ ਹੁੰਦੇ, ਪਰ ਹੋਰ ਨਵੇਂ ਕੇਸ ਉਹ ਸਾਡੇ ਕੋਲ ਲੈ ਕੇ ਆਉਂਦੇ, ਕਿਸੇ ਹੋਰ ਕੋਲ ਨਹੀਂ ਲੈ ਕੇ ਜਾਂਦੇ। ਕਿਉਂ ਕਹਿੰਦੇ ਕਿ ਸਰ ਅਸੀਂ ਵੀਡੀਓਜ਼ ਬਾਅਦ 'ਚੋਂ ਦੇਖੀਆਂ, ਬਾਅਦ 'ਚੋਂ ਪਤਾ ਲੱਗਾ ਅਸੀਂ ਤਾਂ ਇੰਨਾ ਪੈਸਾ ਰੀਚ ਦਾ ਜਿਹੜਾ ਕਿ ਇਹ ਦਿੱਤਾ ਸੀਗਾ ਪਰ ਖਰਾਬ ਵੀ ਹੋਏ ਆ। ਅੱਜ ਮੈਂ ਤੁਹਾਨੂੰ ਹੋਰ ਦੱਸ ਦੇਵਾਂ, ਪੇ ਆਫਟਰ ਵੀਜ਼ਾ ਜਾਂ ਰੀਚ ਵਾਲਾ ਬੰਦਾ ਜੇ ਤੁਹਾਨੂੰ ਕੋਈ ਚੀਜ਼ ਕਹਿੰਦਾ, ਇਹਦਾ ਨੁਕਸਾਨ ਪਤਾ ਸਭ ਤੋਂ ਵੱਡਾ ਕੀ ਆ, ਵੀਜ਼ਾ ਲੱਗਿਆ ਫਿਰ ਵੀ ਨੁਕਸਾਨ ਆ, ਪਤਾ ਨਹੀਂ ਕਿਹੜੇ ਪੁੱਠੇ ਸਿੱਧੇ ਡਾਕੂਮੈਂਟ ਲਾ ਕੇ ਉਹਨੇ ਤੁਹਾਡੀਆਂ ਫਾਈਲਾਂ ਚਲਾਏ ਹੋਣੇ ਆ। ਉਹ ਜਦੋਂ PR ਲੈਣੀ, ਵਰਕ ਪਰਮਿਟ ਲੈਣੇ, ਉਦੋਂ ਵੀ ਤਾਂ ਲਾਉਣੀਆਂ ਪੈਣੀਆਂ ਨਾ, ਜੇ ਇੱਕ ਵਾਰੀ ਆ ਗਈ ਸਾਰਾ ਵਾਪਸ ਆਉਣਾ ਪੈ ਜਾਣਾ। ਦੂਜੀ ਚੀਜ਼ ਜਿਹੜੀ ਮੈਂ ਤਾਂ ਕਹੂੰਗਾ, ਕਦੇ ਵੀ ਕੋਈ ਬੰਦਾ ਨਹੀਂ ਦੇਖਦਾ ਆਪਣੇ ਲਾਲਚ ਨੂੰ ਕੀ ਆ 10,000 ਤੇ 15,000 ਦੇ ਖਰਚੇ ਨੂੰ ਵੈਸੀ ਵੀ ਸਲਾਹ ਕੇ, ਜੇ ਇੰਨੇ ਲੱਖਾਂ ਰੁਪਇਆ ਬੰਦਾ ਉਹ ਪਤਾ ਨਹੀਂ ਕਿਹੜੇ ਕਿਹੜੇ ਪੇਪਰ ਐਡਿਟ ਕਰਕੇ ਲਾ ਦਿੱਤੇ ਜਾਂਦੇ ਆ। ਸੋ ਪਿਨੈਕਲ ਦੇ ਜੇ ਤੁਸੀਂ ਕਿਸੇ ਵੀ ਆਫਿਸ ਵਿਜਿਟ ਕਰਦੇ ਆ, ਜਲੰਧਰ, ਅੰਮ੍ਰਿਤਸਰ, ਚੰਡੀਗੜ੍ਹ ਦੇ ਵਿੱਚ, ਤੁਸੀਂ ਹਰ ਕੌਂਸਲਰ ਦੇ ਪਿੱਛੇ ਲਿਖਿਆ ਪਾਓਗੇ ਕਿ ਫੇਕ ਡਾਕੂਮੈਂਟ ਵਿੱਚ ਅਸੀਂ ਬਿਲਕੁਲ ਡੀਲ ਨਹੀਂ ਕਰਦੇ, ਨਾ ਅਸੀਂ ਬਣਾ ਕੇ ਦਿੰਦੇ ਆ, ਨਾ ਅਸੀਂ ਫਾਈਲ 'ਚ ਲਾਉਂਦੇ ਹਾਂ। ਰੀਜ਼ਨ ਕੀ ਹੈਗੀ ਆ, ਵੀਜ਼ਾ ਆਉਣਾ ਨਹੀਂ ਆਉਣਾ ਤੁਹਾਡੇ ਡਾਕੂਮੈਂਟਸ, ਤੁਹਾਡੀ ਕਿਸਮਤ 'ਤੇ ਡਿਪੈਂਡ ਆ, ਪਰ ਰੱਬ ਨਾ ਕਰੇ ਜੇ ਨਹੀਂ ਆਇਆ, ਦੱਸੋ ਕਿੱਥੇ ਬੈਠੇ ਆ, ਸਾਰੀ ਜ਼ਿੰਦਗੀ ਖਰਾਬ ਆ। ਸੋ ਇੰਨਾ ਵੱਡਾ ਸਾਡੇ ਕੋਲ ਪਾਪ ਨਹੀਂ ਹੁੰਦਾ। ਸੋ ਸਾਡੇ ਇੰਸਟਾਗ੍ਰਾਮ ਚੈਨਲ 'ਤੇ ਜਾ ਕੇ ਦੇਖੋ, ਅੱਜ ਦੀ 'ਚ ਵਾਧੂ ਤੁਸੀਂ ਉੱਥੇ ਵਿਸਟਰ ਵੀਜ਼ਾ ਦੇਖਦੇ ਹੋਣਗੇ, 8-8, 10-10 ਵੀਜ਼ੇ, ਵਿਸਟਰ ਵੀਜ਼ਾ ਇੱਕ ਇੱਕ ਦਿਨ 'ਚ ਆ ਰਹੇ ਆ। ਕਿਹਨਾਂ ਦੇ ਆ ਰਹੇ ਆ, ਜਿਹਦੀ ਸਾਲਾਨਾ ਇਨਕਮ ਜਿਹੜੀ ਕਿ 1,00,000 ਮੀਨਸ 8-10,000 ਰੁਪਇਆ ਮਹੀਨੇ ਦੀ ਤਨਖਾਹ ਵਾ, 1,00,000 ਅਕਾਊਂਟ 'ਚ ਆ, ਉਹ ਵੀ ਜਿਹੜੇ ਕਿ ਵੀਜ਼ਾ ਲੈਣ ਦੇ ਵਿੱਚ, ਹੋਟੇਲ ਬੁਕਿੰਗ ਦੇ ਵੀ ਜਿਹੜੇ ਕਿ ਕਾਮਯਾਬ ਹੋ ਰਹੇ ਆ। ਸੋ ਇਹ ਉਹ ਆ ਜਿਹੜੇ ਘੱਟ ਖਰਚੇ ਦੇ ਵਿੱਚ ਆਪਣੀ ਕਿਸਮਤ ਅਜਮਾਈ ਆ। ਆਫਟਰ ਵੀਜ਼ਾ ਦੀ ਗੱਲ ਕਰੋ, ਪਹਿਲਾਂ ਤਾਂ ਖਰਚੇ ਹੀ ਸਿਰਫ ਅੰਬੈਸੀ ਵੀ ਸਰਕਾਰੀ ਖਰਚੇ ਦੇਣੇ ਆ। ਸੋ ਜ਼ਰੂਰ ਆਪਣੀ ਕਿਸਮਤ ਅਜਮਾਓ, ਅਤੇ ਜ਼ਰੂਰ ਜਿੰਨੇ ਹੋ ਸਕੇ ਵੱਧ ਤੋਂ ਵੱਧ ਮਸ਼ਹੂਰੀਆਂ ਦੇ ਵੱਲ ਦੇਖ ਕੇ, ਜੇ ਮੈਂ ਕਹੂੰਗਾ ਲੁਕਰੇਟਿਵ ਐਡਸ ਦੇਖ ਕੇ, ਉਹ ਚੀਜ਼ਾਂ 'ਤੇ ਵੀ ਮੈਂ ਲਗੂੰਗਾ ਆਪਣੇ ਖਰਚਾ ਵਜਾਓ। ਹਾਂ, ਪਹਿਲੋਂ ਵੀ ਜ਼ਿਆਦਾ ਪੈਸੇ ਦੇਣ ਦੀ ਲੋੜ ਨਹੀਂ ਜੇ ਤੁਸੀਂ ਕਿਤੋਂ ਖਰਚਾ ਫਾਈਲਾਂ ਲਵਾਉਂਦੇ ਆ, ਕਿਉਂਕਿ ਮੈਂ ਦੁਬਾਰਾ ਕਹੂੰਗਾ ਸਾਰੇ ਵੀਜ਼ੇ ਨਹੀਂ ਆਉਣੇ, ਤੁਹਾਡਾ ਵੀਜ਼ਾ ਆਇਆ ਨਹੀਂ ਆਇਆ ਮੈਟਰ ਜ਼ਰੂਰ ਕਰਦਾ, ਬਟ ਇੰਨੇ ਵੀ ਪੈਸੇ ਅਗਲੇ ਨੂੰ ਨਾ ਦੇ ਦਈਏ ਕਿ ਉੱਥੇ ਜਾ ਕੇ ਆਪਾਂ ਔਖੇ ਹੋਈਏ। ਹੋਰ ਵੀ ਤੁਹਾਨੂੰ ਕੋਈ ਡਾਊਟ ਆ, ਤੁਸੀਂ ਸਾਡੇ ਜਲੰਧਰ, ਅੰਮ੍ਰਿਤਸਰ, ਚੰਡੀਗੜ੍ਹ ਆਫਿਸ 85578 ਨੰਬਰ 'ਤੇ ਕਾਲ ਕਰਕੇ ਜ਼ਰੂਰ ਸਾਡੀ ਟੀਮ ਨਾਲ ਕੰਟੈਕਟ ਕਰ ਸਕਦੇ। ਚਲੋ, ਬਹੁਤ ਹੀ ਮਹੱਤਵਪੂਰਨ ਗੱਲਾਂ ਧੀਰਜ ਜੀ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ। ਕੋਈ ਵੀ ਦਿੱਕਤ ਹੈ, ਕਨਫਿਊਜ਼ਨ ਹੈ, ਕਲੈਰਿਟੀ ਚਾਹੀਦੀ ਹੈ, 85578 85578 'ਤੇ ਤੁਰੰਤ ਫੋਨ ਕਰੋ। ਧੰਨਵਾਦ ਸਰ।